ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਨੀ ਆ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਸਾਬ ਪੰਜਾਬ ਦੀ ਸਿਆਸਤ ਤੋਂ ਸ਼ੁਰੂਆਤ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਸਿਆਸਤਦਾਨਾਂ ਦੇ ਬਿਆਨ ਹਰ ਰੋਜ਼ ਦੇਖਣ ਨੂੰ ਮਿਲ ਰਹੇ ਐ ਸੁਖਵੀਰ ਸਿੰਘ ਬਾਦਲ ਹੁਰਾਂ ਦਾ ਕੱਲ ਇੱਕ ਬਿਆਨ ਆਇਆ ਉਹ ਕਹਿੰਦੇ ਸੀ ਕਿ ਪੰਜਾਬ ਦੇ ਜਿਹੜੇ ਮੰਤਰੀ ਇਸ ਵੇਲੇ ਚੋਣਾਂ ਦੇ ਵਿੱਚ ਖੜੇ ਨੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਐ ਇਸ ਮਾਮਲੇ ਤੇ ਅੱਜ ਚੋਣ ਅਧਿਕਾਰੀ ਹੁਰਾਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਇੱਕ ਬਿਆਨ ਵੀ ਸਾਹਮਣੇ ਆਇਆ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਜੀ ਮੈਂ ਬਿਆਨ ਤੇ ਪੜਿਆ ਨਹੀਂ ਪਰ ਬਿਆਨ ਜਿਹੜਾ ਦਿੱਤਾ ਤੇ ਇਹੋ ਹੀ ਆਖਿਆ ਹੋਵੇਗਾ ਕਿ ਇਹਦੇ ਨਾਲ ਕਾਨੂੰਨ ਦੀ ਸੰਵਿਧਾਨ ਦੀ ਨਿਯਮਾਂ ਦੀ ਕਿਸੇ ਕਿਸਮ ਦੀ ਕੋਈ ਉਲੰਘਣਾ ਨਹੀਂ ਹੁੰਦੀ ਇਹੋ ਹੀ ਬਿਆਨ ਆਇਆ ਮੈਂ ਕਿਉਂਕਿ ਇਸ ਵਕਤ ਇੰਗਲੈਂਡ 'ਚ ਬੈਠਾ ਮੈਂ ਉਹਦੇ ਉੱਤੇ ਧਿਆਨ ਨਹੀਂ ਦੇ ਸਕਿਆ ਪਰ ਮੈਨੂੰ ਬਿਗੈਰ ਪੜੇ ਤੋਂ ਵੀ ਬਿਗੈਰ ਸੁਣੇ ਤੋਂ ਵੀ ਇਹ ਪਤਾ ਕਿ ਇਹਦੇ ਤੋਂ ਸਵਾਦ ਚੋਣ ਅਧਿਕਾਰੀ ਕੋਈ ਬਿਆਨ ਨਹੀਂ ਦੇ ਸਕਦਾ ਇਹ ਕਈਆਂ ਲੋਕਾਂ ਨੂੰ ਵਹਿਮ ਹੈ ਕਿ ਜਿਹੜਾ ਮੰਤਰੀ ਹੈ ਉਹ ਚੋਣ ਨਹੀਂ ਲੜ ਸਕਦਾ ਕਿੱਦਾਂ ਨਹੀਂ ਲੜ ਸਕਦਾ ਆ ਹੁਣੇ ਦਸੰਬਰ ਦੇ ਵਿੱਚ ਜਦੋਂ ਚਾਰ ਰਾਜਾਂ ਦੀਆਂ ਚੋਣਾਂ ਹੋਈਆਂ ਪੰਜਾਂ ਦੀਆਂ ਹੋਈਆਂ ਅਸੀਂ ਚਾਰ ਦੀਆਂ ਗਿਣਦੇ ਪੰਜਵਾਂ ਛੋਟਾ ਜਿਹਾ ਰਾਜ ਉਹਨੂੰ ਗਿਣਦੇ ਨਹੀਂ ਉਹਦੇ ਵਿੱਚ ਕੀ ਗਜਿੰਦਰ ਸਿੰਘ ਛਕਾਵਤ ਹੋਰੀ ਜਿਹੜੇ ਕੇਂਦਰ ਦੇ ਕੁਝ ਮੰਤਰੀਆਂ ਨੇ ਰਾਜਸਥਾਨ ਚ ਚੋਣ ਲੜੀ ਨਹੀਂ ਉਹ ਭਾਜਪਾ ਦੇ ਮੰਤਰੀ ਸਨ ਹੂੰ ਉਹਨਾਂ ਨੇ ਉੱਥੇ ਜਾ ਕੇ ਅਸੈਂਬਲੀ ਦੀ ਚੋਣ ਲੜੀ ਉਹਨਾਂ ਚੋਂ ਕਈਆਂ ਨੂੰ ਕੇਂਦਰ ਸਰਕਾਰ ਚੜਨੀ ਪੈ ਗਈ ਮੱਧ ਪ੍ਰਦੇਸ਼ ਦੇ ਵਿੱਚ ਮੰਤਰੀਆਂ ਨੇ ਚੋਣ ਲੜੀ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਕੁਝ ਮੰਤਰੀਆਂ ਨੇ ਚੋਣ ਲੜੀ ਅਸੈਂਬਲੀ ਮੈਂਬਰ ਬਣੇ ਬਾਅਦ ਵਿੱਚ ਉਹਨਾਂ ਨੂੰ ਤੋਂ ਪਾਰਲੀਮੈਂਟ ਵਾਲੀ ਸੀਟ ਛਡਾ ਲਈ ਗਈ। ਬਾਕੀ ਥਾਂ ਤੇ ਵੀ ਇਦਾ ਹੁੰਦਾ ਰਿਹਾ। ਅਸੀਂ ਕਈ ਵਾਰ ਇਸ ਤਰ੍ਹਾਂ ਵੇਖਿਆ। ਔਰ ਕੱਲਾ ਇੱਥੇ ਨਹੀਂ ਵੇਖਿਆ। ਸਾਡੇ ਪੰਜਾਬ ਵਿੱਚ ਵੀ ਵੇਖਿਆ। 1992 ਵਿੱਚ ਅਕਾਲੀਆਂ ਨੇ ਬਾਈਕਾਟ ਕੀਤਾ ਸੀ ਕਾਂਗਰਸ ਦੀ ਇੱਕ ਤਰਫਾ ਸਰਕਾਰ ਬਣ ਗਈ ਬਿਆਨ ਸਿੰਘ ਵਾਲੀ। ਇਹਨਾਂ ਦਾ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਸੀ ਮਿਸਟਰ ਯਸ਼ ਉਦੋਂ ਦੇ ਹਾਥ ਹੋ ਗਿਆ ਸੀਟ ਖਾਲੀ ਹੋ ਗਈ ਉਪਚੋਣ ਕਰਵਾਈ ਗਈ ਸੀ ਉਸ ਉਪਚੋਣ ਦੇ ਮੌਕੇ ਤੇ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਇਹ ਸਮਝਿਆ ਜਾਂਦਾ ਸੀ ਕਿ ਜਲੰਧਰ ਵਾਲਾ ਉਮਰਾਉ ਸਿੰਘ ਜਿਹੜਾ ਉਸ ਵਕਤ ਮੰਤਰੀ ਸੀ ਕੈਬਨਿਟ ਮੰਤਰੀ ਸੀ ਬਹੁਤ ਲੋਕ ਸਮਝਦੇ ਸੀ ਕਿ ਉਹ ਬਿਆਨ ਸਿੰਘ ਦਾ ਬਦਲ ਬਣ ਸਕਦਾ ਤੇ ਬਿਆਨ ਸਿੰਘ ਦਾ ਗਰੁੱਪ ਉਹਨੂੰ ਕਿਸੇ ਨਾ ਕਿਸੇ ਤਰੀਕੇ ਇਥੋਂ ਪੰਜਾਬ ਚੋਂ ਕੱਢਣਾ ਚਾਹੁੰਦਾ ਸੀ ਕਿ ਇਥੇ 10 ਜਣੇ ਸੀਟ ਮੰਗਦੇ ਸੀ ਜਲੰਧਰ ਦੀ ਪਾਰਲੀਮੈਂਟ ਸੀਟ ਸਾਰਿਆਂ ਨੂੰ ਅਨਕਾਰ ਕਰਕੇ ਤੇ ਮੁੱਖ ਮੰਤਰੀ ਬਿਆਨ ਸਿੰਘ ਨੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨਾਲ ਗੱਲ ਕੀਤੀ ਤੇ ਅਮਰਾਉ ਸਿੰਘ ਨੂੰ ਟਿਕਟ ਦਵਾਤੀ ਅਮਰਾਉ ਸਿੰਘ ਮੰਤਰੀ ਹੁੰਦਿਆਂ ਪੰਚਾਇਤ ਮੰਤਰੀ ਹੁੰਦਿਆਂ ਜਲੰਧਰ ਤੋਂ ਚੋਣ ਲੜਿਆ ਸੀ ਜਿੱਤਿਆ ਸੀ ਕੇਂਦਰ ਚ ਚਲਾ ਗਿਆ ਉਹਦੀ ਸੀਟ ਖਾਲੀ ਹੋਈ ਸੀ ਪਰ ਜਦ ਤੱਕ ਉਹ ਪਾਰਲੀਮੈਂਟ ਮੈਂਬਰ ਚੁਣਿਆ ਨਹੀਂ ਗਿਆ ਤੇ ਉਹਨੇ ਜਾ ਕੇ ਕੇਂਦਰ ਚ ਸੌ ਨਹੀਂ ਚੁੱਕ ਲਈ ਉਹਨਾਂ ਚਿਰ ਤੱਕ ਇਹ ਸਾਰਿਆਂ ਨੂੰ ਪਤਾ ਕਿ ਉਹ ਪੰਜਾਬ ਦਾ ਕੈਬਨਿਟ ਮੰਤਰੀ ਰਿਹਾ ਸੀ ਸੁਸ਼ਮਾ ਸਵਰਾਜ ਪਾਰਲੀਮੈਂਟ ਮੈਂਬਰ ਹੁੰਦੀ ਸੀ ਦਿੱਲੀ ਦੇ ਵਿੱਚ ਪਹਿਲਾ ਮਦਨ ਲਾਲ ਖੁਰਾਣਾ ਭਾਜਪਾ ਦੇ ਮੁੱਖ ਮੰਤਰੀ ਬਣਿਆ ਉਹਦੇ ਖਿਲਾਫ ਕੇਸ ਬਣ ਗਿਆ ਗੱਦੀ ਛਟਣੀ ਪਈ ਉਹਦੀ ਥਾਂ ਸਹਿਬ ਸਿੰਘ ਵਰਮਾ ਮੁੱਖ ਮੰਤਰੀ ਬਣਿਆ ਫਿਰ ਮਦਨ ਲਾਲ ਖੁਰਾਣਾ ਜਦੋਂ ਕੇਸ ਵਿੱਚ ਬਰੀ ਹੋ ਗਿਆ ਉਹਨੇ ਆਖਿਆ ਮੇਰੀ ਕੁਰਸੀ ਛਡਾਓ ਇਹਦੇ ਉੱਤੇ ਭਾਜਪਾ 'ਚ ਰੌਲਾ ਪੈ ਗਿਆ ਉਹਨੇ ਆਖਿਆ ਨਾ ਮਦਨ ਲਾਲ ਖੁਰਾਣਾ ਬਣੇ ਨਾ ਸਹਿਬ ਸਿੰਘ ਵਰਮਾ ਬਣੇ ਦੋਵੇਂ ਨਾ ਬਣਨ ਇਹਨਾਂ ਦੀ ਥਾਂ ਦੇ ਉੱਤੇ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾ ਦਿਓ ਅਗੋਂ 3 ਮਹੀਨੇ ਬਾਅਦ ਆ ਰਹੀਆਂ ਸੀ ਚੋਣਾਂ ਸੁਸ਼ਮਨ ਸਰਾਜ ਨੇ ਆਖਿਆ ਜੀ ਪਾਰਟੀ ਤੇ ਉੱਥੇ ਹਾਰਦੀ ਪਈ ਐ ਤੇ ਮੈਂ ਉੱਥੇ ਗਈ ਤੇ ਮੈਂ ਪਾਰਲੀਮੈਂਟ ਤੋਂ ਬਾਹਰ ਹੋ ਜਾਂ ਉਦੋਂ ਹੋਣ ਵਾਲਾ ਰਵਾਜ ਨਹੀਂ ਸੀ ਹੁਣ ਤਾਂ ਇਹ ਆ ਕਿ ਦੂਸਰੇ ਹਾਊਸ ਵਿੱਚ ਜਾਣਾ ਹੋਵੇ ਤੇ ਪਹਿਲਾ ਹਾਊਸ ਛੱਡਣਾ ਪੈਂਦਾ ਉਦੋਂ ਪਹਿਲਾ ਹਾਊਸ ਛੱਡਣ ਵਾਸਤੇ 6 ਮਹੀਨੇ ਮਿਆਦ ਮਿਲ ਜਾਂਦੀ ਸੀ ਸੁਸ਼ਮਨ ਸਵਰਾਜ ਦਿੱਲੀ ਦੀ ਮੁੱਖ ਮੰਤਰੀ ਬਣ ਗਈ ਪਾਰਲੀਮੈਂਟ ਦੀ ਮੈਂਬਰ ਵੀ ਰਹੀ 3 ਮਹੀਨਾ ਬਾਅਦ ਚੋਣਾਂ ਹੋਈਆਂ ਭਾਜਪਾ ਹਾਰ ਗਈ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਬਣ ਗਈ સુષ્મા સુરાજ ਮੁડકે પાર્લામેન્ટ ਚ ਆ ਗਈ ਸੀ ਉਹਦੇ ਉੱਤੇ ਰੂਲ ਲਾਗੂ ਨਹੀਂ ਸੀ ਹੁੰਦਾ ਇਹਨਾਂ ਸਾਰਿਆਂ ਨੂੰ ਛੱਡ ਦਿਓ ਮੈਨੂੰ ਤੇ ਪਤਾ ਨਹੀਂ ਮੈਂ ਬਿਆਨ ਪੜ੍ਹਿਆ ਨਹੀਂ ਤੁਸੀਂ ਦੱਸਦੇ ਹੋ ਕਿ ਇਹ ਮੰਗ ਕੀਤੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿ ਜਿਹੜੇ ਮੰਤਰੀਆਂ ਨੇ ਚੋਣਾਂ ਲੜਨੀਆਂ ਉਹ ਮੰਤਰੀ ਪਹਿਲਾਂ ਇਸ ਗੱਲ ਤੋਂ ਅਸਤੀਫਾ ਦੇਣ ਕਿ ਅਸੀਂ ਮੰਤਰੀ ਜਿਹਨਾਂ ਨੇ ਪਾਰਲੀਮੈਂਟ ਦੀ ਚੋਣ ਲੜਨੀ ਹੈ ਅਸਤੀਫਾ ਦੇ ਦੇਣ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਥੋੜਾ ਜਿਹਾ ਹੁਣ ਮੈਚੂਰ ਹੋਣਾ ਚਾਹੀਦਾ 1970 ਦੇ ਵਿੱਚ ਐਮਰਜੈਂਸੀ ਤੋਂ ਬਾਅਦ ਪਾਰਲੀਮੈਂਟ ਚੋਣਾਂ ਹੋਈਆਂ ਤੇ ਇੰਦਰਾ ਗਾਂਧੀ ਦੀ ਅਗਵਾਈ ਚ ਕਾਂਗਰਸ ਪਾਰਟੀ ਹਾਰ ਗਈ। ਕੇਂਦਰ ਚ ਮੁਰਾਰਜੀ ਡਿਸਾਈ ਦੀ ਸਰਕਾਰ ਬਣ ਗਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਜੇ ਮੈਂ ਭੁੱਲਦਾ ਨਹੀਂ ਤੇ ਫਰੀਦਕੋਟ ਹਲਕੇ ਤੋਂ ਚੁਣ ਕੇ ਪਾਰਲੀਮੈਂਟ ਮੈਂਬਰ ਗਿਆ ਸੀ ਤੇ ਕੇਂਦਰ ਚ ਖੇਤੀ ਮੰਤਰੀ ਬਣੇ ਸਨ। ਮੁਰਾਰਜੀ ਡਿਸਾਈ ਦੀ ਸਰਕਾਰ ਚ ਬਣੇ ਸਨ। ਮੁੜ ਕੇ ਇਹਨਾਂ ਨੇ ਕਾਂਗਰਸ ਦੀਆਂ ਸਰਕਾਰਾਂ ਤੋੜਤੀਆਂ ਗਿਆਨੀ ਜੈਲ ਸਿੰਘ ਦੀ ਸਰਕਾਰ ਵੀ ਤੋੜ ਦਿੱਤੀ ਇੱਥੇ ਫਿਰ ਅਸੈਂਬਲੀ ਚੋਣ ਹੋਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਬਾਏ ਤੋਂ ਚੋਣ ਲੜੀ ਜਿੱਤੇ ਜਿਸ ਦਿਨ ਮੁੱਖ ਮੰਤਰੀ ਬਣਨਾ ਸੀ ਉਹਦੇ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਕੇਂਦਰ ਦੀ ਵਜ਼ੀਰੀ ਤੋਂ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਸੀ ਤੇ ਫਿਰ ਇਹਨਾਂ ਹੀ ਥਾਂ ਤੇ ਸਰਜੀਤ ਸਿੰਘ ਬਰਨਾਲਾ ਚੋਣ ਲੜਿਆ ਸੀ ਮੰਤਰੀ ਹੁੰਦਿਆਂ ਚੋਣ ਤੇ ਉਹਨਾਂ ਵੀ ਲੜੀ ਸੀ ਦੇਸ਼ ਦਾ ਸੰਵਿਧਾਨ ਕਿਸੇ ਵੀ ਨਾਗਰਿਕ ਨੂੰ ਮੰਤਰੀ ਹੁੰਦਿਆਂ ਵਿਧਾਨ ਸਭਾ ਦੀ ਚੋਣ ਲੜਨ ਤੋਂ ਨਹੀਂ ਰੋਕਦਾ ਤੇ ਵਿਧਾਨ ਸਭਾ ਦਾ ਮੈਂਬਰ ਹੁੰਦਿਆਂ ਜਾਂ ਵਿਧਾਨ ਪੰਜਾਬ ਦਾ ਜਾਂ ਕਿਸੇ ਹੋਰ ਸੂਬੇ ਦਾ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਹੁੰਦਿਆਂ ਪਾਰਲੀਮੈਂਟ ਦੇ ਚੋਣ ਲੜਨ ਤੋਂ ਨਹੀਂ ਰੋਕਦਾ ਆ ਜਿੱਤਣ ਤੋਂ ਬਾਅਦ ਜੇ ਉਹਨੇ ਦੂਸਰੇ ਹੌਸਲੇ ਸੌਂ ਚੁਕਣੀ ਆ ਤੇ ਉਹਨੂੰ ਪਹਿਲਾਂ ਤੋਂ ਅਸਤੀਫਾ ਦੇਣਾ ਪਏਗਾ ਔਰ ਕਈ ਲੋਕ ਇਹੋ ਜਿਹੇ ਮੌਕੇ ਤੇ ਨਾਰਾਜ਼ਗੀ ਹੋਏ ਤੇ ਦੂਸਰੇ ਹੌਸਲੇ ਸੌਂ ਚੁੱਕੇ ਬਿਨਾਂ ਵੀ ਅਸਤੀਫਾ ਦੇ ਦਿੰਦੇ ਆ ਤਰਨਤਾਰਨ ਤੋਂ 1998 ਦੀਆਂ ਚੋਣਾਂ ਦੇ ਵਿੱਚ ਪ੍ਰੇਮ ਸਿੰਘ ਲਾਲਪੁਰਾ ਜਿੱਤ ਗਿਆ ਸੀ ਅਕਾਲੀ ਦਲ ਦੀ ਟਿਕਟ ਤੇ ਉਹ ਪੰਜਾਬ ਦਾ ਐਮਐਲਏ ਹੁੰਦਾ ਸੀ ਤਰਨਤਾਰਨ ਦੇ ਦਾਣਾ ਮੰਡੀ ਚ ਕਾਠਸਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਜਿਤਾ ਤਸੀਂ ਦਿਓ ਕੇਂਦਰ ਦਾ ਮੰਤਰੀ ਮੈਂ ਬੜਾ ਦੂੰ ਉੱਥੇ ਜਾ ਕੇ ਉਹਨੂੰ ਬਣਾਇਆ ਨਾ ਸੁਖਵੀਰ ਸਿੰਘ ਬਾਦਲ ਨੂੰ ਰਾਜ ਮੰਤਰੀ ਬਣਾ ਲਿਆ ਪ੍ਰੇਮ ਸਿੰਘ ਲਾਲਪੁਰੇ ਨੇ ਪਾਰਲੀਮੈਂਟ ਦੀ ਸੌ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਉੱਥੋਂ ਉਹਨੂੰ ਮਨਾ ਕੇ ਲਿਖ ਕੇ ਗਏ ਕਿ ਤੂੰ ਪਾਰਲੀਮੈਂਟ ਚੱਲ ਜਾ ਤੇ ਫਗਵਾੜੇ ਤੋਂ ਗੱਡੀ ਕਮਾ ਕੇ ਤੇ ਫਿਰ ਆਪਣੇ ਪਿੰਡ ਆ ਗਿਆ ਸੀ ਉਹਨੇ ਆਖਿਆ ਮੈਂ ਪਾਰਲੀਮੈਂਟ ਦੀ ਮੈਂਬਰੀ ਸੌ ਚੁੱਕੇ ਬਗੈਰ ਸੋਚੇ ਮੂੰਹ ਛੱਡੀ ਮੈਂ ਵਿਧਾਨ ਸਭਾ ਦਾ ਮੈਂਬਰ ਠੀਕ ਹੈ ਮੈਨੂੰ ਉਹ ਜੀ ਮੈਂਬਰੀ ਨਹੀਂ ਚਾਹੀਦੀ ਫਿਰ ਉਹ ਖਾਲੀ ਹੋਈ ਸੀਟ ਦੇ ਉੱਤੇ trilochtan singh ਤੁਰਤੋ ਉਪਚੋਣ ਦੇ ਵਿੱਚ ਉਹਨੂੰ ਜਿਤਾ ਕੇ ਤੇ ਫਿਰ ਭੇਜਿਆ ਗਿਆ ਸੀ ਪਾਰਲੀਮੈਂਟ ਤੇ ਇਹ ਜਿੰਨੇ ਕਿਸੇ ਨੇ ਇਤਾਂ ਦੀ ਮੰਗ ਕਰਨੀ ਉਹਨਾਂ ਨੂੰ ਪਹਿਲਾਂ ਥੋੜਾ ਬਹੁਤ ਜਿਹੜਾ ਇਤਿਹਾਸ ਆ ਉਹ ਪੜ੍ਹ ਲੈਣਾ ਚਾਹੀਦਾ ਸੰਵਿਧਾਨਿਕ ਤੇ ਚੋਣ ਦੇ ਕਾਨੂੰਨ ਨਿਜਮ ਪੜ੍ਹ ਲੈਣੇ ਚਾਹੀਦੇ ਆ ਇਦਾਂ ਦਾ ਕੰਮ ਕਾਂਗਰਸੀਆਂ ਵੀ ਕੀਤਾ ਅਮਰੋਦ ਸਿੰਘ ਨੇ ਮੰਤਰੀ ਹੁੰਦਿਆਂ ਚੋਣ ਲੜੀ ਸੀ ਭਾਜਪਾ ਬਣਾ ਤਾਂ ਮੈਂ ਦੱਸਦਾ ਕਾਲੀਆਂ ਦਾ ਵੀ ਮੇਰਾ ਕੱਲੇ ਉਹਦੀ ਮੰਗ ਐਵੇਂ ਨਾ ਕੀਤੀ ਜਾਵੇ ਤੇ ਜ਼ਿਆਦਾ ਚੰਗੀ ਹੁੰਦੀ ਆ ਜੀ ਪਰ ਸਭ ਵੱੱਗੇ ਵੱਧ ਦੀ ਗੱਲ ਕਰਨੀ ਹੈ ਨਾਗਰਿਕਤਾ ਸੋਧ ਕਾਨੂੰਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਹੈ ਅਦਾਲਤ ਵਿੱਚ ਕਈ ਪਟੀਸ਼ਨਾਂ ਵੀ ਪਾਈਆਂ ਗਈਆਂ ਅੱਜ ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ 3 ਹਫ਼ਤਿਆਂ ਦੇ ਵਿੱਚ ਜਵਾਬ ਦੇਵੇ ਇਹ ਹੁਣ ਚੋਣਾਂ ਦੇ ਦੌਰਾਨ ਜਿਹੜਾ ਮੁੱਦਾ ਉੱਠ ਗਿਆ ਜਿਹਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਜੀ ਗੱਲ ਇਹ ਹੈ ਕਿ ਜਿਹੜਾ ਇਹ ਮੁੱਦਾ ਉੱਠਿਆ ਉੱਠਣਾ ਨਹੀਂ ਸੀ ਚਾਹੀਦਾ ਪਰ ਉੱਠਿਆ ਇਸ ਕਰਕੇ ਆ ਕਿਉਂਕਿ ਕੇਂਦਰ ਦੀ ਸਰਕਾਰ ਨੇ ਐਨ ਚੋਣਾਂ ਦੇ ਨੇੜੇ ਜਾ ਕੇ ਬੜੇ ਕੁਵੇਲੇ ਟਾਈਮ ਦੇ ਉੱਤੇ ਇਸ ਮੁੱਦੇ ਦੇ ਉੱਤੇ ਇੱਕ ਫੈਸਲਾ ਲੈ ਲਿਆ ਸੀ ਇਹ ਲਾਗੂ ਕਰ ਦਿੱਤਾ ਗਿਆ ਸਿਟੀਜ਼ਨ ਐਮੈਂਡਮੈਂਟ ਐਕਟ ਲਾਗੂ ਕਰ ਦਿੱਤਾ ਗਿਆ ਜਿਹਦੇ ਨਾਲ ਭਾਰਤ ਦੇ ਆਂਢ ਗੁਆਂਢ ਦੇ ਤਿੰਨ ਦੇਸ਼ਾਂ ਅਫਗਾਨਿਸਤਾਨ ਪਾਕਿਸਤਾਨ ਤੇ ਉਹਦੇ ਨਾਲ ਜੁੜਦਾ ਜਿਹੜਾ ਇਧਰ ਦੂਸਰੇ ਪਾਸੇ ਸਾਡੇ ਪੂਰਬੀ ਪਾਸੇ ਜਿਹੜਾ ਬੰਗਲਾਦੇਸ਼ ਆ ਉਥੋਂ ਦੇ ਵਿੱਚ ਜਿਹੜੇ ਹਿੰਦੂ ਸਿੱਖ ਈਸਾਈ ਬੋਧੀ ਜੈਨੀ ਪਾਰਸੀਆ ਉਹਨਾਂ ਨੂੰ ਹੱਕ ਦਿੱਤਾ ਗਿਆ ਕਿ ਜੇ ਤੁਸੀਂ ਉਥੋਂ ਦੀ ਸਰਕਾਰ ਤੋਂ ਉਥੋਂ ਦੇ ਸਮਾਜ ਤੋਂ ਤੰਗ ਐ ਤੇ ਤੁਸੀਂ ਛੱਡ ਕੇ ਭਾਰਤ ਵਿੱਚ ਆ ਜਾਓ ਤੁਹਾਨੂੰ ਸਿਟੀਜ਼ਨਸ਼ਿਪ ਦੇ ਦੇਵਾਂਗੇ ਬਹੁਤ ਸਾਰੇ ਲੋਕਾਂ ਨੇ ਆਖਿਆ ਜੀ ਇਹ ਵਿਤਕਰੇ ਵਾਲਾ ਫਾਰਮੂਲਾ ਇਹ ਚ ਫਿਰ ਮੁਸਲਮਾਨਾਂ ਨੂੰ ਕਿਉਂ ਛੱਡਦੇ ਹੋ ਭਾਰਤ ਸਰਕਾਰ ਨੇ ਆਖਿਆ ਇਸ ਕਰਕੇ ਛੱਡਦੇ ਆ ਕਿ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਤਿੰਨੇ ਇਸਲਾਮਿਕ ਦੇਸ਼ ਉੱਥੇ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ ਖਤਰਾ ਜੇ ਹੈਗਾ ਤੇ ਸਿਰਫ ਹਿੰਦੂ ਸਿੱਖ ਈਸਾਈ ਜੈਨੀ ਬੋਧੀ ਪਾਰਸੀ ਇਹਨਾਂ ਛੇ ਧਰਮਾਂ ਦੇ ਲੋਕਾਂ ਨੂੰ ਅਸੀਂ ਇਹਨਾਂ ਨੂੰ ਦਿਆਂਗੇ ਉਹਦੇ ਉੱਤੇ ਕਈ ਲੋਕਾਂ ਨੇ ਆਖਿਆ ਵਿਤਕਰੇ ਵਾਲਾ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਨੇ ਮੈਂ ਨਾ ਉਹਨਾਂ ਦੀਆਂ ਗੱਲਾਂ ਜਾਣਨ ਦਾ ਸਰਕਾਰ ਦੀਆਂ ਜਾਣਾਂ ਇਹਨਾਂ ਦੇ ਕਈਆਂ ਥਾਵਾਂ ਤੇ ਵਿਰੋਧ ਹੋਇਆ ਵਿਰੋਧ ਪਹਿਲਾਂ ਵੀ ਹੋਇਆ ਸੀ ਵਿਰੋਧ ਹੁਣ ਵੀ ਹੁੰਦਾ ਪਿਆ ਵਿਰੋਧ ਬਾਅਦ ਵਿੱਚ ਵੀ ਹੋਵੇਗਾ ਮੈਂ ਉਸ ਵਿਰੋਧ ਦੇ ਲੱਛਣਾਂ ਬਾਰੇ ਵਿਰੋਧ ਦੇ ਪ੍ਰਦਰਸ਼ਨਾਂ ਬਾਰੇ ਵਿਰੋਧ ਪ੍ਰਦਰਸ਼ਨਾਂ ਵਿੱਚ ਹੁੰਦੀ ਹਾਜ਼ਰੀ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਉਹਦੀ ਥਾਂ ਤੇ ਮੈਂ ਦੂਜੀ ਗੱਲ ਕਰਨੀ ਚਾਹੁੰਦਾ ਕਿ ਇਹ ਤਾਂ 2019 ਚ ਪਾਸ ਹੋ ਗਿਆ ਸੀ ਇਹਨੂੰ 2024 ਤੱਕ ਰੋਕ ਕੇ ਕਿਉਂ ਰੱਖਿਆ ਗਿਆ ਕੋਈ ਵੀ ਕਾਨੂੰਨ ਜਿਹੜਾ ਪਾਸ ਕੀਤਾ ਜਾਂਦਾ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਤੋਂ ਪਾਸ ਹੋਣ ਤੋਂ ਬਾਅਦ ਉਹ ਨਵਜੀਤੀ ਰਾਸ਼ਟਰਪਤੀ ਕੋਲ ਜਾਂਦਾ ਜਦੋਂ ਰਾਸ਼ਟਰਪਤੀ ਜੀ ਦਸਤਖਤ ਕਰ ਦਿੰਦੇ ਉਹਦੇ ਬਾਅਦ ਕਾਨੂੰਨ ਬਣ ਜਾਂਦਾ ਕਾਨੂੰਨ ਬਣਨ ਤੋਂ ਬਾਅਦ ਉਹਨੂੰ ਲਾਗੂ ਕਰਨ ਵਾਸਤੇ ਫਿਰ ਨਿਜਮ ਕਾਨੂੰਨ ਬਣਾਉਣੇ ਪੈਂਦੇ ਉਹ ਨਿਜਮ ਬਣਾਉਣੇ ਹੁੰਦੇ ਆ ਉਹਦੇ ਵਾਸਤੇ ਕਮੇਟੀ ਬਣਦੀ ਇਹਨਾਂ ਨੇ ਇੱਕ ਕਮੇਟੀ ਬਣਾਤੀ ਉਹਨੇ ਮਿੱਥੇ ਸਮੇਂ ਚ ਰਿਪੋਰਟ ਨਾ ਦਿੱਤੀ ਫਿਰ ਵਯਾਦ ਵਧਾਤੀ ਫਿਰ ਵਧਾਤੀ ਫਿਰ ਵਧਾਤੀ ਵਧਾਈ ਗਿਆ ਵਧਾਈ ਗਿਆ 2019 ਤੋਂ 2024 ਤੱਕ ਅੱਗੇ ਤੇ ਉਸ ਕਮੇਟੀ ਨੇ ਆਪਣੀ ਰਿਪੋਰਟਿੰਗ ਦਿੱਤੀ ਤੇ ਜੇ ਨਹੀਂ ਸੀ ਦਿੱਤੀ ਤੇ ਹੁਣ ਇਸ ਵੇਲੇ ਕਿਹੜੀ ਮਿਲਣੇ ਚ ਬਾ ਆ ਗਈ ਸੀ ਇਸ ਵੇਲੇ ਉਹ ਰਿਪੋਰਟ ਦਿਵਾਉਣ ਦੀ ਲੋੜ ਕੀ ਸੀ ਸ਼ਾਇਦ ਚੋਣਾ ਦੀ ਕੋਈ ਲੋੜ ਸੀ ਜਿਹਦਾ ਕਰਕੇ ਕਮੇਟੀ ਵਾਲਿਆਂ ਨੂੰ ਆਖਿਆ ਤੇ ਉਹਨਾਂ ਨੇ ਰਿਪੋਰਟ ਦੇ ਦਿੱਤੀ ਫਿਰ ਰਿਪੋਰਟ ਦੇਣ ਤੋਂ ਬਾਅਦ ਮਾਮਲਾ ਭੱਗ ਗਿਆ ਅੱਗੋਂ ਕੱਦ ਸਾਡੇ ਕੁਝ ਸੂਬਿਆਂ ਦੀਆਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਤਾਂ ਲਾਗੂ ਨਹੀਂ ਕਰਨਾ ਦੂਸਰੇ ਕਹਿੰਦੇ ਲਾਗੂ ਕਿੱਦਾਂ ਨਾ ਕਰੋਗੇ ਜਦੋਂ ਕੇਂਦਰ ਸਰਕਾਰ ਲਾਗੂ ਕਰੂਗੀ ਤੁਸੀਂ ਕਿੱਦਾਂ ਨਾ ਕਰੋਗੇ ਜਿਹੜੇ ਇਹ ਗੱਲ ਕਹਿੰਦੇ ਆ ਉਹਨਾਂ ਨੂੰ ਇਹ ਪਤਾ ਨਹੀਂ ਕਿ ਕੋਈ ਵੀ ਕਾਨੂੰਨ ਹੋਵੇ ਜਦੋਂ ਕੇਂਦਰ ਸਰਕਾਰ ਬਣਾ ਦਿੰਦੀ ਆ ਉਹ ਜਿਹੜੇ ਵੀ ਸੂਬੇ ਚ ਲਾਗੂ ਹੋਣਾ ਉੱਥੋਂ ਦੀ ਸੂਬੇ ਦੀ ਸਰਕਾਰ ਨੂੰ ਨੋਟੀਫਾਈ ਕਰਨਾ ਪੈਂਦਾ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਉਹ ਤੇ ਨੋਟੀਫਾਈ ਕਰਨੀਆਂ ਤੇ ਲਾਗੂ ਕਰ ਦੇਣਗੀਆਂ ਆਨੰਦ ਮੈਰਿਜ ਕਦੋਂ ਦਾ ਪਾਸ ਹੋਇਆ ਆਨੰਦ ਮੈਰਿਜ ਐਕਟ ਉਹ ਆਉਣ ਤੋਂ ਬਾਅਦ 2014 ਚ ਨੋਟੀਫਾਈ ਕਰਕੇ ਹਰਿਆਣੇ ਨੇ ਲਾਗੂ ਕਰਤਾ ਪੰਜਾਬ ਦੀ ਸਰਕਾਰ ਨੇ ਕਾਲੀ ਭਾਜਪਾ ਸਰਕਾਰ ਨੇ 2016 ਚ ਕੀਤਾ ਕੈਪਟਨ ਬ੍ਰਿੰਦਰ ਸਿੰਘ ਦੀ ਸਰਕਾਰ ਨੇ ਆਖਿਆ ਕਾਲੀਆਂ ਨੂੰ ਅਕਲ ਨਹੀਂ ਇਹਨਾਂ ਗਲਤ ਕੀਤਾ ਇਹਨਾਂ ਨੇ ਆ ਕੇ ਸੋਧਣ ਦੇ ਉੱਤੇ 2 ਸਾਲ ਫਿਰ ਹੋਰ ਲਾ ਦਿੱਤੇ ਹਰਿਆਣੇ 'ਚ ਲਾਗੂ ਹੋ ਗਿਆ ਸਾਡੇ ਲਾਗੂ ਨਹੀਂ ਸੀ ਹੋਇਆ ਜੇ ਕੇਂਦਰ ਦੇ ਪਾਸ ਕੀਤੇ ਕਾਨੂੰਨ ਇਦਾਂ ਹੀ ਲਾਗੂ ਹੋ ਜਾਂਦੇ ਉਹ ਵੀ ਫਟਾਫਟ ਉਸੇ ਦਿਨ ਹੀ ਹੋ ਜਣਾ ਸੀ ਸੋ ਇਹ ਸੀਏਏ ਜਿੱਥੇ ਭਾਜਪਾ ਸਰਕਾਰ ਹੈ ਉੱਥੇ ਛੇਤੀ ਲਾਗੂ ਹੋ ਜਾਏਗਾ ਬਾਕੀਆਂ ਵਾਸਤੇ ਸਮੱਸਿਆ ਜੀ ਕੋਈ ਦਿਨ ਰਹਿ ਸਕਦੀ ਹੈ ਪੰਨੂ ਸਾਹਿਬ ਅੱਗੇ ਵੱਧਦੇ ਆ ਗੱਲ ਕਰਨੀ ਹੈ ਬਾਬਾ RAMਦੇਵ ਦੀ ਬਾਬਾ RAMਦੇਵ ਦੇ ਉੱਪਰ ਪਹਿਲਾਂ ਵੀ ਬਹੁਤ ਸਾਰੇ ਦੋਸ਼ ਲੱਗੇ ਮਾਮਲਾ ਅਦਾਲਤ ਵਿੱਚ ਹੈ ਕਿ ਜਿਹੜੀਆਂ ਉਹਦੀਆਂ ਕੰਪਨੀਆਂ ਨੇ ਉਹਨੇ ਲੋਕਾਂ ਨੂੰ ਭਰਮਾਇਆ ਇਸ਼ਤਿਹਾਰ ਬਾਜ਼ਾਰ ਦੇ ਵਿੱਚ ਦਿੱਤੇ ਆ ਹੁਣ ਅਦਾਲਤ ਨੇ ਕਿਹਾ ਕਿ ਅਗਲੀ ਤਰੀਕ ਤੇ ਅਦਾਲਤ ਵਿੱਚ ਪੇਸ਼ ਹੋਵੋ ਨਾਲ ਚੇਲੇ ਨੂੰ ਵੀ ਕਿਹਾ ਤੇ ਆਪ ਵੀ ਇਹ ਗੱਲ ਕਿੱਦਾਂ ਨੂੰ ਜਾਂਦੀ ਲੱਗਦੀ ਆ ਜੀ ਦੇਖੋ ਬਾਬਾ RAMDEO ਸਾਧੂ ਦੇ ਭੇਸ ਵਿੱਚ ਬੜਾ ਤਿਕੜਮਬਾਜ਼ ਵਪਾਰੀ ਆ ਤਿਕੜਮਬਾਜ਼ ਵਪਾਰੀ ਮੈਂਸ ਕਰਕੇ ਕਿਹਾ ਕਿ ਇੱਥੋਂ ਦੇ ਪ੍ਰੋਗਰਾਮਾਂ ਵਿੱਚ ਪੇਸ਼ ਹੋ ਕੇ ਉਹ ਕਹਿੰਦਾ ਵਿਦੇਸ਼ੀ ਮਾਲ ਦਾ ਬਾਈਕਾਟ ਕਰੋ ਇਹ ਤੁਹਾਨੂੰ ਠੱਗੀ ਜਾਂਦੇ ਇਹ ਸਾਡੇ ਭਾਰਤੀ ਮਾਲ ਖਰੀਦੋ ਤੇ ਜੇ ਵਿਦੇਸ਼ੀ ਮਾਲ ਦਾ ਬਾਈਕਾਟ ਕਰੋ ਤੇ ਆਪਣੀਆਂ ਦਵਾਈਆਂ ਵਿਦੇਸ਼ਾਂ ਵਿੱਚ ਵੇਚਣ ਵਾਸਤੇ ਕਿਉਂ ਜਾਂਦਾ ਦੂਜੀ ਗੱਲ ਉਹ ਇਹ ਕਹਿੰਦਾ ਕਿ ਸ਼ੁੱਧ ਮਾਲ ਰੱਖੋ ਜਿੱਥੇ ਕੋਈ ਨੁਕਸਿਆ ਜਿਹਦੇ ਵਿੱਚ ਕੋਈ ਗਲਤੀ ਆ ਉਹਨੂੰ ਸਖਤ ਉਸਿਆਵਾ ਦਿਓ ਬਾਬਾ RAMDEV ਅੱਜ ਤੱਕ ਇਹ ਨਹੀਂ ਦੱਸ ਸਕਿਆ ਸਪਸ਼ਟ ਨਹੀਂ ਕਰ ਸਕਿਆ ਕਿ ਅਮਰੀਕਾ ਦੀ ਸਰਕਾਰ ਨੇ ਕੀ ਉਹਦੀ ਫੈਕਟਰੀਆਂ ਕੋਈ ਦਵਾਈਆਂ ਦੇ ਉੱਤੇ ਪਾਬੰਦੀ ਲਾਈ ਆ ਜੇ ਲਾਈ ਤੇ ਕਿਉਂ ਲਾਈ ਕਿ ਉਹਦੇ ਬਾਰੇ ਬਾਬੇ ਨੇ ਅਜੇ ਤੱਕ ਕਦੇ ਕੋਈ ਸਪੈਸ਼ਟੀਕਰਨ ਕਿਉਂ ਨਹੀਂ ਦਿੱਤਾ ਲੋਕੀ ਕਹਿੰਦੇ ਆ ਕਿ 16 17 ਦਵਾਈਆਂ ਬਾਬੇ ਦੀ ਪਤੰਜਲੀ ਫੈਕਟਰੀ ਜਿਹੜੀਆਂ ਉਹਦੀਆਂ ਬਣੀਆਂ ਨੇ ਤੇ ਅਮਰੀਕਾ ਵਾਲਿਆਂ ਨੇ ਉੱਤੇ ਪਾਬੰਦੀ ਲਾਈ ਹੋਈ ਬਾਬਾ ਉਹਦੇ ਪਰ ਸਪੈਸ਼ਟੀਕਰਨ ਕਿਉਂ ਨਹੀਂ ਦਿੰਦਾ ਫਿਰ ਬਾਬਾ ਆਡਾ ਲਾ ਬੈਠਾ ਉਹਨਾਂ ਡਾਕਟਰਾਂ ਨਾਲ ਐਲੋਪੈਥੀ ਵਾਲਿਆਂ ਨਾਲ ਜਿਹਨੂੰ ਸਾਡੀ ਬੋਲੀ 'ਚ ਅੰਗਰੇਜ਼ੀ ਡਾਕਟਰ ਕਹਿੰਦੇ ਇਹਨੇ ਕਿਹਾ ਜੀ ਉਹ ਤੇ ਸਾਰਾ ਸਿਸਟਮ ਹੀ ਮਾੜਾ ਜੀ ਉਹ ਤੇ ਗਲਤ ਹੈ ਜੀ ਆਹ ਕਰਦਾ ਜੀ ਉਹ ਕਰਦਾ ਜੀ ਸਾਡਾ ਆਯੁਰਵੇਦ ਉਹ ਮਾਮਲਾ ਸਪਰੀਮ ਕੋਰਟ ਚਲਾ ਗਿਆ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ। ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ ਇਹਨੂੰ ਐਲੋਪੈਥੀ ਬਨਾਮ ਆਯੁਰਵੈਦਿਕ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦੇ। ਦੋਵੇਂ ਸਿਸਟਮਾਂ ਦਾ ਆਪਣੇ ਆਪਣੇ ਗੁਣ ਨੇ ਦੋਵਾਂ ਦੇ ਵਿੱਚ ਕੋਈ ਨੁਕਸ ਹੈ ਕਿ ਨਹੀਂ ਇਹ ਆਪੇ ਬਾਅਦ ਵਿੱਚ ਦੂਸਰਾ ਵੱਖਰਾ ਵਿਸ਼ਾ ਹੈ। ਪਰ ਇੱਕ ਸਿਸਟਮ ਚਲਾਉਣ ਵਾਲੇ ਜੇ ਦੂਸਰੇ ਸਿਸਟਮ ਦੇ ਖਿਲਾਫ ਲਗਾਤਾਰ ਇਸ ਤਰ੍ਹਾਂ ਬੋਲਦੇ ਰਹਿਣਗੇ ਕਿ ਉਹਦਾ ਨਤੀਜਾ ਕੀ ਨਿਕਲੇਗਾ? ਬਾਬਾ RAMDEV ਇਸ ਮਾਮਲੇ 'ਚ ਆਪਣੀ ਜ਼ੁਬਾਨ ਕੰਟਰੋਲ ਕਰੇ ਤੇ ਐਲੋਪੈਥਿਕ ਡਾਕਟਰਾਂ ਤੇ ਐਲੋਪੈਥਿਕ ਸਿਸਟਮ ਦੇ ਖਿਲਾਫ ਬੋਲਣਾ ਬੰਦ ਕਰੇ। ਉਹਦਾ ਆਯੁਰਵੈਦਿਕ ਦਾ ਸਿਸਟਮ ਚੰਗਾ ਜਰੂਰ ਉਹਨੂੰ ਸੰਭਾਲੇ। ਉਹਦੇ ਮੁਤਾਬਕ ਚੱਲਦਾ ਰਿਹਾ ਕੰਮ ਕਰਦਾ ਰਹੇ। ਸਾਨੂੰ ਕੋਈ ਇਤਰਾਜ਼ ਨਹੀਂ। ਪਰ ਦੂਸਰਿਆਂ ਦੇ ਖਰਾਬ ਪੁੱਠਾ ਸਿੱਧਾ ਬੋਲਣਾ ਬਾਬਾ ਬੰਦ ਕਰ ਦੇਵੇ ਇਹ ਉਹਨੂੰ ਅਦਾਲਤ ਕਹਿ ਚੁੱਕੀ ਐ। ਬਾਬਾ ਇਹ ਤੋਂ ਪਹਿਲਾਂ ਵੀ ਕਈ ਵਿਵਾਦਾਂ 'ਚ ਰਿਹਾ। ਵਿਵਾਦ ਤਾਂ ਇੱਕ ਵਾਰੀ ਇਹ ਵੀ ਉੱਠਿਆ ਸੀ ਕਿ ਇਹਦੀ ਫੈਕਟਰੀ ਜਿਹੜੀਆਂ ਦਵਾਈਆਂ ਬਣਦੀਆਂ ਉਹਨਾਂ ਦੇ ਵਿੱਚ ਮੁਰਦਿਆਂ ਦੇ ਸਿਰ ਦੀ ਮਿਜਹ ਪੈਂਦੀ ਹੈ ਬੜਾ ਰੌਲਾ ਪਿਆ ਜੀ ਬੰਦੇ ਰਾਤ ਨੂੰ ਸਿਮਾਂ ਚੋਂ ਕੱਢ ਕੇ ਲਿਆਉਂਦੇ ਪਰ ਉਹ ਰੌਲਾ ਹੀ ਸੀ ਬਾਅਦ ਵਿੱਚ ਕਿਸੇ ਪਾਸੇ ਲੱਗਾ ਨਹੀਂ ਫਿਰ ਬਾਬੇ ਨੇ ਇੱਕ ਦਵਾਈ ਬਣਾਈ ਪੁੱਤਰ ਬੀਜਕ ਮੰਤਰ ਇੱਥੇ ਰੌਲਾ ਪੈ ਗਿਆ ਕਿ ਧੀਆ ਮਾੜੀਆਂ ਹੁੰਦੀਆਂ ਇਕੱਲੇ ਪੁੱਤਰ ਬਾਰੇ ਆ ਬਾਬੇ ਨੇ ਆਖਿਆ ਜੀ ਨਾਂ ਗਲਤ ਲਿਖਿਆ ਗਿਆ ਅਸਲ 'ਚ ਔਲਾਦ ਬੀਜਕ ਮੰਤਰ ਹੈ ਸੰਤਾਨ ਬੀਜਕ ਮੰਤਰ ਹੈ ਪੁੱਤਰ ਤੇ ਪੁੱਤਰੀ 'ਚ ਅਸੀਂ ਫਰਕ ਨਹੀਂ ਕਰਦੇ ਤੇ ਫਿਰ ਨਾਂ ਕਿਉਂ ਰੱਖਿਆ ਸੀ ਹੂੰ ਉਦੋਂ ਬਾਅਦ ਕਰੋਨਾ ਵਾਇਰਸ ਦਾ ਦੌਰ ਆ ਗਿਆ ਬਾਬੇ ਨੇ ਕੇਂਦਰ ਦੇ ਤਿੰਨ ਮੰਤਰੀ ਸੱਦੇ ਜਿਨ੍ਹਾਂ ਚ ਸਿਹਤ ਮੰਤਰੀ ਵੀ ਸੀ ਵਪਾਰ ਮੰਤਰੀ ਵੀ ਉਹਨਾਂ ਦੀ ਹਾਜ਼ਰੀ ਚ ਆਖਿਆ ਸਾਰੀ ਦੁਨੀਆ ਦੇ ਐਲੋਪਥੀ ਡਾਕਟਰਾਂ ਤੋਂ ਦਵਾਈ ਨਹੀਂ ਬਣੀ ਅਸੀਂ ਪਤੰਜਲੀ ਵਾਲਿਆਂ ਨੇ ਕੋਵਿਡ ਦੀ ਦਵਾਈ ਬਣਾਤੀ ਆਹ ਲੋ ਕਿ ਅਸੀਂ 100 ਬੰਦਿਆਂ ਤੇ ਟੈਸਟ ਵੀ ਕਰ ਲਈਆ ਰਾਤੋਂ ਰਾਤ ਸਾਰੇ ਭਾਰਤ ਵਿੱਚ ਭੇਜ ਦਿੱਤੀ ਤੇ ਧੜਾ ਧੜ ਵੇਗੇ ਕਰੋੜਾਂ ਰੁਪਏ ਦੀ ਕਮਾਈ ਹੋ ਗਈ ਅਗਲੇ ਦਿਨ ਤੱਕ ਰੌਲਾ ਪੈ ਗਿਆ ਕਿ ਇਸ ਦਵਾਈ ਦਾ ਫਾਰਮੂਲਾ ਕਿਹੜੀ ਸਰਕਾਰ ਤੋਂ ਪਾਸ ਕਰਾਇਆ ਬਾਬੇ ਨੇ ਇਹ ਵੀ ਰੌਲਾ ਪੈ ਗਿਆ ਕਿ ਬਾਬਾ ਇਹ ਦੱਸੇ ਕਿ ਇਹਦਾ ਲਾਇਸੈਂਸ ਕਿੱਥੋਂ ਲਿਆ ਲਾਇਸੈਂਸ ਦਵਾਈ ਬਣਾਉਣ ਵਾਸਤੇ ਵੀ ਚਾਹੀਦਾ ਨਸਾਸ ਦਵਾਈ ਵੇਚਣ ਵਾਸਤੇ ਵੀ ਚਾਹੀਦਾ ਫਿਰ ਬਾਬਾ ਇਹ ਦੱਸੇ ਕਿ ਦਵਾਈ ਦੀ ਟੈਸਟਿੰਗ ਕਿੱਥੇ ਹੋਈ ਬਾਬੇ ਨੇ ਕਿਹਾ ਜੀ ਰਾਜਸਥਾਨ ਦੀ ਫਲਾਨੀ ਯੂਨੀਵਰਸਿਟੀ ਚ ਹੋਈ ਯੂਨੀਵਰਸਿਟੀ ਵਾਲਿਆਂ ਨੇ ਆਖਿਆ ਬਾਬੇ ਦੀ ਦਵਾਈ ਇੱਥੇ ਕਦੇ ਟੈਸਟ ਨਹੀਂ ਕੀਤੀ ਕਿ ਕੋਈ ਵੀ ਦਵਾਈ ਸਾਡੀ ਯੂਨੀਵਰਸਿਟੀ ਕਦੇ ਟੈਸਟ ਨਹੀਂ ਕੀਤੀ ਇਹ ਬਾਬਾ ਝੂਠ ਬੋਲਦਾ ਟੀਵੀ ਵਾਲਿਆਂ ਨੇ ਜਾ ਕੇ ਘੇਰ ਲਿਆ ਬਾਬਾ ਸਾਫ਼ ਹੀ ਮੁਕਰ ਗਿਆ ਕਹਿੰਦਾ ਮੈਂ ਤਾਂ ਇਹ ਆਖੇ ਹੀ ਨਹੀਂ ਕੋਵਿਡ ਦੀ ਦਵਾਈ ਬਣਾਈ ਆ ਉਹਨਾਂ ਨੇ ਆਖਿਆ ਜੀ ਤਿੰਨ ਮੰਤਰੀ ਖੜੇ ਕਰਕੇ ਤੇ ਤੂੰ ਐਲਾਨ ਕੀਤਾ ਸੀ ਤੇ ਆਹ ਵੀਡੀਓ ਆ ਤੇ ਬਾਬੇ ਨੇ ਅੱਗੋਂ ਆਖਿਆ ਤੁਸੀਂ ਫਿਰ ਮੇਰੀ ਪੂਛ ਖਿੱਚਦੇ ਹੋਗੇ ਇਹ ਭੱਦੀ ਬੋਲੀ ਬੋਲਦਾ ਬਾਬਾ ਉਹ ਵੀ ਮਾਮਲਾ ਗਿਆ ਹੁਣ ਇਹਦਾ ਨਾਲ ਦਾ ਜਿਹੜਾ ਚੇਲਾ ਬਾਲਕਿਸ਼ਨੋ ਦੇ ਬਾਰੇ ਵੀ ਕਈ ਵਿਵਾਦ ਪਹਿਲਾਂ ਉੱਠ ਚੁੱਕੇ ਆ ਮੈਂ ਸਾਰੇ ਵਿਵਾਦਾਂ 'ਚ ਨਹੀਂ ਜਾਣਾ ਚਾਹੁੰਦਾ ਐਸ ਵੇਲੇ ਬਾਬਾ ਫਿਰ ਇੱਕ ਪਿੱਛੋਂ ਦੂਜਾ ਦੂਜੇ ਪਿੱਛੋਂ ਤੀਜਾ ਤੀਜੇ ਪਿੱਛੋਂ ਚੌਥਾ ਵਿਵਾਦਾਂ ਦੀ ਲੜੀ ਲਾਈ ਜਾਂਦਾ ਮੈਨੂੰ ਬਾਬੇ ਨੂੰ ਕਿਸੇ ਹੱਥ ਤੇ ਜਾ ਖਲੋਣਾ ਚਾਹੀਦਾ ਜਿਹੜੇ ਕੇਂਦਰ ਦੇ ਮੰਤਰੀਆਂ ਨੂੰ ਨੇ ਆਪਣੇ ਘਰ ਸੱਦ ਕੇ ਕੋਵਿਡ ਦੀ ਦਵਾਈ ਆਖੀ ਸੀ ਉਹ ਕਹਿੰਦੇ ਜੀ ਸਾਨੂੰ ਗੱਲ ਦੱਸੇ ਵਗੈਰ ਉੱਥੇ ਲੈ ਗਿਆ ਤੇ ਜਾ ਕੇ ਕਹਿੰਦਾ ਪ੍ਰੈਸ ਕਾਨਫਰੰਸ ਕਰਨੀ ਅਸੀਂ ਨਾਲ ਖਲੋਗੇ ਇਹਨੇ ਦਵਾਈ ਦਾ ਐਲਾਨ ਕਰਤਾ ਅਸੀਂ ਕੀ ਕਰਦੇ ਬਾਬੇ ਦੇ ਉੱਤੇ ਇਹ ਵੀ ਦੋਸ਼ ਲੱਗਦਾ ਰਿਹਾ ਕਿ ਬਾਹਰ ਵਿਦੇਸ਼ ਵਿੱਚ ਕਿਸੇ ਥਾਂ ਤੇ ਗਿਆ ਤੇ ਉੱਥੇ ਕੋਈ ਟਾਪੂ ਦਾ ਲੈਣ-ਦੇਣ ਹੋਇਆ ਇਹਨੇ ਆਖਿਆ ਜੀ ਮੈਨੂੰ ਟਾਪੂ ਉਹਨਾਂ ਦਾਨ ਕੀਤਾ ਮਗਰੋਂ ਪਤਾ ਲੱਗਾ ਕਿ ਜਿੰਨੇ ਦਾ ਟਾਪੂ ਦਾਨ ਕੀਤਾ ਉਹਨਾਂ ਦੇ ਸ਼ੇਅਰ ਉਹਨਾਂ ਨੂੰ ਆਪਣੀ ਕੰਪਨੀ ਚੋਂ ਇੱਥੇ ਦੇ ਦਿੱਤੇ ਇਹਦਾ ਮਤਲਬ ਕਿ ਉਹਨਾਂ ਨੇ ਉੱਥੋਂ ਪੈਸਾ ਇੰਡੀਆ ਚ ਲਿਆਉਣਾ ਸੀ ਉਹਨਾਂ ਨੂੰ ਲਿਆਉਣਾ ਨਹੀਂ ਪਿਆ ਟੈਕਸ ਦੇਣਾ ਨਹੀਂ ਪਿਆ ਬਾਬੇ ਨੇ ਪੈਸਾ ਬਾਹਰ ਕੱਢਣਾ ਸੀ ਇਹਨੂੰ ਟੈਕਸ ਦੇਣਾ ਨਹੀਂ ਪਿਆ ਇਦਾਂ ਦੀਆਂ ਕਈ ਖੇਡਾਂ ਚ ਚਰਚਾ ਚ ਇਹਦਾ ਨਾਮ ਆਉਂਦਾ ਰਿਹਾ ਅਸੀਂ ਇਹ ਸਮਝਦੇ ਹਾਂ ਕਿ ਆਜਰਬੈਜਾਨ ਦਾ ਸਿਸਟਮ ਮਾੜਾ ਨਹੀਂ ਸਿਸਟਮ ਬਹੁਤ ਵਧੀਆ ਪਰ ਜੇ ਸਿਸਟਮ ਗਲਤ ਬੰਦਿਆਂ ਦੇ ਹੱਥਾਂ ਚਲ ਜਾਵੇ ਤੇ ਫਿਰ ਕੀ ਕੀਤਾ ਜਾ ਸਕਦਾ ਬਾਬਾ RAMDEV ਉਹਨਾਂ ਬੰਦਿਆਂ ਚੋਂ ਆ ਜਿਹੜੇ ਆਪਣੇ ਸਿਸਟਮ ਨੂੰ ਵਰਤ ਕੇ ਕਮਾਈ ਕਰਨ ਵਾਸਤੇ ਉਹਦਾ ਫਾਇਦਾ ਲੈ ਕੇ ਉਹਦੀ ਵਰਤੋਂ ਨਹੀਂ ਕਰਦੇ ਦੁਰਵਰਤੋਂ ਕਰਦੇ ਆ ਦੂਸਰੇ ਸਿਸਟਮਾਂ ਦੇ ਨਾਲ ਆਢਾ ਲਾ ਲੈਂਦੇ ਆ ਪੈਰ ਪੈੜ ਦੇ ਉੱਤੇ ਝਗੜਾ ਲਾਉਂਦੇ ਆ ਕੁਝ ਲੋਕਾਂ ਨੂੰ ਪਿੰਡ ਵਿੱਚ ਜਿਹੜੇ ਜ਼ਿਆਦਾ ਝਗੜਦੇ ਹੋਣ ਤੁਹਾਨੂੰ ਪਤਾ ਜਦੋਂ ਝਗੜਾ ਹੋਵੇ ਅਮਨ ਭੰਗ ਹੋਵੇ ਤੇ ਪੁਲਿਸ ਇੱਕ ਪਰਚਾ ਦਰਜ ਕਰਦੀ ਆ ਉਹਨੂੰ ਕਹਿੰਦੇ ਆ ਦਫਾ 107 151 ਜਾਂ ਆਮ ਬੋਲੀ 'ਚ ਲੋਕੀ ਕਹਿੰਦੇ 751 ਤੇ ਲਿਖਣ ਲੱਗਾ ਕਿਹਾ ਜਾਂਦਾ ਨੁਕਸੇ ਅਮਨ ਦੀ ਧਾਰਾ ਕਿ ਬਾਬਾ RAMDEV ਵੀ ਪਤਾ ਨਹੀਂ ਕਿਉਂ ਨੁਕਸੇ ਅਮਨ ਦੀ ਉਹ ਧਾਰਾ ਵਾਂਗ ਚੱਲਦੀ ਫਿਰਦੀ 7:55 ਵਾਲਾ ਕੰਮ ਹੀ ਕਦੇ ਕਿਸ ਨਾ ਕਦੇ ਕਿਸ ਨਾ ਆਢਾ ਲਾ ਰੱਖਦਾ ਇਹਨੂੰ ਥੋੜਾ ਜਿਹਾ ਕੋਈ ਹੱਦਾ 'ਚ ਰਹਿਣਾ ਸਿੱਖਣਾ ਚਾਹੀਦਾ ਪੰਨ ਸਾਹਿਬ ਤੁਸੀਂ ਆਢੇ ਦਾ ਜ਼ਿਕਰ ਕੀਤਾ ਤੇ ਹਾਲਾਤ ਪਾਕਿਸਤਾਨ ਦੇ ਤੇ ਅਫਗਾਨਿਸਤਾਨ ਦੇ ਵੀ ਖਰਾਬ ਹੋ ਰਹੇ ਨੇ ਅਫਗਾਨਿਸਤਾਨ ਦੇ ਬਹੁਤ ਸਾਰੇ ਨਾਗਰਿਕ ਪਾਕਿਸਤਾਨ ਨੇ ਅਪਣਾ ਦਿੱਤੀ ਹੋਈ ਹੈ ਇਹ ਚਰਚਾ ਚੱਲੀ ਪਰ ਹੁਣ ਜਦੋਂ 에ਅ ਸਟ੍ਰਾਈਕ ਦੀ ਗੱਲ ਆਉਂਦੀ ਹੈ ਕਹਿੰਦੇ ਪਾਕਿਸਤਾਨ ਨੇ ਅਫਗਾਨਿਸਤਾਨ ਤੇ 에ਅ ਸਟ੍ਰਾਈਕ ਕੀਤੀ ਹੈ ਇਹ ਮਾਮਲਾ ਕਿੱਧਰ ਨੂੰ ਜਾ ਸਕਦਾ ਜੀ ਪਿਛਲੇ ਦਿਨੀ ਇਰਾਨ ਦਾ ਜ਼ਿਕਰ ਵੀ ਹੋਇਆ ਸੀ ਦਿੱਕੋ ਪਾਕਿਸਤਾਨ ਦਾ ਇਧਰ ਭਾਰਤ ਨਾਲ ਵੀ ਆਡਾ ਲੱਗਾ ਪਰ ਇਹ ਅਫਗਾਨਿਸਤਾਨ ਨਾਲ ਵੀ ਆ ਤੇ ਈਰਾਨ ਨਾਲ ਵੀ ਆ ਉਹ ਸਾਰੇ ਪਾਸੇ ਛੱਡ ਦਿਓ ਐਸ ਵੇਲੇ ਅਫਗਾਨਿਸਤਾਨ ਨਾਲ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਆ ਤਾਲਿਬਾਨ ਕਹਿੰਦੇ ਆ ਕਿ ਇਹਨੇ ਸਾਡੇ ਵਿਰੋਧੀਆਂ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਆ ਪਾਕਿਸਤਾਨ ਕਹਿੰਦਾ ਮੇਰੇ ਵਿਰੋਧੀਆਂ ਨੂੰ ਅਫਗਾਨਿਸਤਾਨ ਦੇ ਤਾਲਿਬਾਨ ਨੇ ਪਨਾਹ ਦਿੱਤੀ ਆ ਪਰ ਇਹ ਤਾਲਿਬਾਨ ਉਹੋ ਹੀ ਨੇ ਜਿਹੜੇ 30 ਸਾਲ ਤੋਂ ਵੱਧ ਤਕਰੀਬਨ 40 ਸਾਲ ਦੇ ਕਰੀਬ ਪਾਕਿਸਤਾਨ ਦੇ ਵਿੱਚੋਂ ਬੈਠ ਕੇ ਅੱਡੇ ਬਣਾ ਕੇ ਲੜਦੇ ਰਹੇ ਇੱਕ ਵਾਰੀ ਪਹਿਲਾਂ ਇਹਨਾਂ ਜਹਾਦੀ ਖੜੇ ਕੀਤੇ ਖਰਚਾ ਸਾਰਾ ਅਮਰੀਕਾ ਤੇ ਉਹਦੇ ਸਾਥੀ ਦੇਸ਼ ਦਿੰਦੇ ਸੀ ਉਹਨਾਂ ਜਹਾਦੀਆਂ ਨੇ 1992-93 ਚ ਜਾ ਕੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਪਰ ਉਹ ਪਾਕਿਸਤਾਨ ਦੀ ਹਕੂਮਤ ਦੇ ਇਸ਼ਾਰੇ ਤੇ ਨਹੀਂ ਚੱਲਦੇ ਇਹਨਾਂ ਨੇ ਤਾਲਿਬਾਨ ਖੜੇ ਕੀਤੇ ਤੇ ਜਹਾਦੀ ਜਿਹੜੇ ਸੀ ਮੁਜਾਹਿਦੀਨ ਉਹਨਾਂ ਨੂੰ ਕੁੱਟ ਕੇ ਕੱਢਤਾ ਉਹਨਾਂ ਦੇ ਲੀਡਰ ਮਾਰ ਦਿੱਤੇ ਤਾਲਿਬਾਨ ਆਗੇ ਮ ਹ ਤਾਲਿਬਾਨ ਆਕੇ ਅਮਰੀਕਾ ਦੇ ਨਿਊਯਾਰਕ ਵਾਲੇ ਵਰਲਡ ਟ੍ਰੇਡ ਸੈਂਟਰ ਦੇ ਦੋ ਟਾਵਰਾਂ ਤੇ ਜਹਾਜ਼ ਮਾਰੇ ਜੋ ਕੁਝ ਉਹਨਾਂ ਕੀਤਾ ਅਮਰੀਕਾ ਨੇ ਜੰਗ ਲੜ ਕੇ ਤਾਲਿਬਾਨ ਕੁੱਟ ਕੇ ਕੱਢਦੇ ਤੇ ਉਹ ਪਾਕਿਸਤਾਨ ਤੇ ਆ ਗਏ ਪਾਕਿਸਤਾਨ ਇੱਕੋ ਵਕਤ ਦੋਹਾਂ ਤਰ੍ਹਾਂ ਨਾਲ ਸਾਹਜ ਪਾਲਦਾ ਰਿਹਾ ਤਾਲਿਬਾਨ ਨੂੰ ਹਥਿਆਰ ਵੀ ਦਿੰਦਾ ਰਿਹਾ ਪਨਾਹ ਵੀ ਦਿੰਦਾ ਰਿਹਾ ਲਾਜ ਵੀ ਉਹਨਾਂ ਦੇ ਲੀਡਰਾਂ ਦਾ ਕਰਦਾ ਰਿਹਾ ਪਰ ਆਪਣੀਆਂ ਫੌਜੀ ਛੋਣੀਆਂ ਤੇ ਫੌਜੀ 99 ਜਿਹੜੇ ਉਹ ਭਾਈ ਗੱਡਿਆਂ ਦੇ ਉਹ ਸਾਰੇ ਅਮਰੀਕਾ ਦੀ ਫੌਜ ਨੂੰ ਕਿਰਾਏ ਤੇ ਚੜ੍ਹ ਛੜੇ ਤਾਲੀਬਾਨ ਦੇ ਸਭ ਤੋਂ ਵੱਡੇ ਲੀਡਰ ਉਸਮਾਨ ਬਿਨ ਲਾਦਰ ਨੂੰ ਆਪਣੀ ਐਬਟਾਬਾਦ ਦੀ ਫੌਜੀ ਸ਼ੌਣੀ ਦੇ ਕੋਲ ਤਿੰਨ ਮੰਜ਼ਿਲਾ ਮਕਾਨ ਬਣਾ ਕੇ ਦਿੱਤਾ ਜਿਹਦੇ ਵਿੱਚ ਸਾਰੀਆਂ ਤਾਰਾਂ ਬਿਜਲੀ ਦੀਆਂ ਵੀ ਟੈਲੀਫੋਨ ਦੀਆਂ ਵੀ ਅੰਡਰਗਰਾਊਂਡ ਜਾਂਦੀਆਂ ਸੀ 4-4 ਕਿਲੋਮੀਟਰ ਤੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਉੱਥੇ ਕੀ ਆ ਤੇ ਬਾਅਦ ਵਿੱਚ ਜਦੋਂ ਫਸਣ ਲੱਗੇ ਤੇ ਲੋਕੀ ਕਹਿੰਦੇ ਅਮਰੀਕਾ ਨੂੰ ਸੂ ਵੀ ਆਪੇ ਦਿੱਤੀ ਫਲਾਣੇ ਤੋਂ ਮਾਰਨਾ ਤੇ ਮਾਰ ਲਓ ਇਹ ਸਾਰੀਆਂ ਖੇਡਾਂ ਖੇਡਦਾ ਰਿਆ ਹੁਣ ਜਦੋਂ ਤੋ ਤਾਲੀਬਾਨ ਦਾ ਕਬਜ਼ਾ ਹੋ ਗਿਆ ਅਫਗਾਨਿਸਤਾਨ ਤੇ ਪਾਕਿਸਤਾਨ ਉਹਨੂੰ ਆਪਣੇ ਇਸ਼ਾਰਿਆਂ ਮੁਤਾਬਕ ਚਲਾਉਣਾ ਚਾਹੁੰਦਾ ਤੇ ਉਹ ਚਲਦੇ ਨਹੀਂ ਉਹਦਾ ਕਰਕੇ ਉਹਨਾਂ ਦੀ ਆਪੋ ਆਪਣੀ ਲੜਾਈ ਚੱਲਦੀ ਪਈ ਹੈ ਉਹ ਇਸ ਲੜਾਈ 'ਚ ਉਹਨਾਂ ਤਲਵਾਨਦੀਏ ਕਿ ਸ਼ਾਖਾ ਟੀਟੀਪੀਆ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਉਹ ਜਦੋਂ ਹਮਲਾ ਕਰਦੇ ਪਾਕਿਸਤਾਨ 'ਚ ਕਰਦੇ ਆ ਤੇ ਬੰਦੇ ਮਾਰ ਜਾਂਦੇ ਫੌਜੀ ਉਹਨਾਂ ਨੇ ਬਹੁਤ ਮਾਰੇ ਇੱਕ ਵਾਰੀ ਪੇਸ਼ਾਵਰ ਦੇ ਮਿਲਟਰੀ ਸਕੂਲ 'ਤੇ ਹਮਲਾ ਕਰਕੇ 150 ਲੋਕ ਮਾਰਤੇ ਜਿਨ੍ਹਾਂ 'ਚ 130 35 40 ਤਾਂ ਬੱਚੇ ਹੀ ਸਨ ਉਨ੍ਹਾਂ ਦੇ ਖਿਲਾਫ ਪਾਕਿਸਤਾਨ ਸਰਕਾਰ ਅਫਗਾਨਿਸਤਾਨ ਨੂੰ ਕਹਿੰਦੀ ਹੈ ਜੀ ਸਾਡੇ ਦੋਸ਼ੀ ਸਾਨੂੰ ਸੌਂਪ ਦਿਓ ਕਹਿੰਦੇ ਦੱਸ ਕਿ ਉਹਨੇ ਸੌਂਪ ਸਕਦੇ ਇਹ ਜਦੋਂ ਹਮਲਾ ਕਰਕੇ ਅਫਗਾਨਿਸਤਾਨ ਦੇ ਵਿੱਚ ਟੀਟੀਪੀ ਦੇ ਬੰਦਿਆਂ ਨੂੰ ਮਾਰਦੇ ਆ ਤੇ ਅਫਗਾਨਿਸਤਾਨ ਦੀ ਫੌਜ ਦੇ ਤੇ ਹਮਲਾ ਕਰਕੇ ਇਹਨਾਂ ਦੇ ਮਾਰ ਦਿੰਦੀ ਆ ਹੁਣ ਫਿਰ ਪਾਕਿਸਤਾਨ ਦੀ ਫੌਜ ਨੇ ਹਮਲਾ ਕੀਤਾ ਤੇ ਅਫਗਾਨਿਸਤਾਨ ਦੀ ਹੱਦ 'ਚ ਜਾ ਕੇ ਕੁਝ ਉਹ ਅੱਤਵਾਦੀ ਮਾਰੇ ਆ ਜਿਹੜੇ ਪਾਕਿਸਤਾਨ 'ਚ ਮੋੜਮੋੜ ਹਮਲਾ ਕਰਦੇ ਆ ਪਿਛਲਾ ਤਜਰਬਾ ਦੱਸਦਾ ਕਿ ਇਹੋ ਜਿਹਾ ਕੰਮ ਹੋਵੇ ਤੇ ਅਫਗਾਨਿਸਤਾਨ ਦੇ ਵਿੱਚੋਂ ਤਾਲਿਬਾਨ ਭਾਜੀ ਮੋੜਦੇ ਹੁੰਦੇ ਆ ਜੋ ਰਵਾਇਤ ਕੈਮ ਰਹੀ ਤੇ ਅੱਜ ਨੇ ਭਲਕੇ ਸਹੀਂ ਭਲਕੇ ਨਹੀਂ ਪਰਸੋਂ ਸਹੀਂ ਤਾਲਿਬਾਨ ਇਸ ਗੱਲ ਦਾ ਜਵਾਬ ਦੇਣਗੇ ਤੇ ਇੱਕ ਅਦਾ ਹਮਲਾ ਪਾਕਿਸਤਾਨ ਤੇ ਫਿਰ ਕਰ ਸਕਦੇ ਆ ਇਹ ਆਪਸ ਵਿੱਚ ਲੜਨੇ ਗਿੱਜੇ ਕੰਮ ਤੇ ਇਹਨਾਂ ਕਰਨਾ ਕੋਈ ਨਹੀਂ ਨਾ ਵਿਕਾਸ ਦਾ ਨਾ ਹੋਰ ਜੇ ਬਾਹਰ ਨਾਲ ਲੜਨ ਤੇ ਆਪੋ ਵਿੱਚ ਲੜਨੇ ਪੈਂਦੇ ਆ ਸੋ ਪਾਕਿਸਤਾਨ 'ਚ ਜੋ ਕੁਝ ਦਾਇਆ ਉਹ ਇਸ ਵਾਰ ਵੀ ਜ਼ਰੂਰ ਹੋਵੇਗਾ ਪਰਸਾ ਵਾਕਈ ਬਹੁਤ ਸਾਰੇ ਮੁਲਕ ਆਪਸ ਵਿੱਚ ਲੜੀ ਜਾ ਰਹੇ ਨੇ ਯੂਕਰੇਨ ਤੇ ਰੂਸ ਦਾ ਵੀ ਉਧਰ ਪੇਚ ਅਜੇ ਤੱਕ ਚੱਲੀ ਜਾ ਰਿਹਾ ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਆਰਾ ਚੁਣੇ ਗਏ ਐ ਤੇ ਉਹ ਕਹਿੰਦੇ ਕਿ ਤੀਸਰੀ ਸੰਸਾਰ ਜੰਗਵਲ ਦੇਸ਼ਵੱਦ ਰਹੇ ਨੇ ਇਹ ਇਸ ਵੇਲੇ ਬਿਆਨ ਨੂੰ ਕਿਵੇਂ ਦੇਖਦੇ ਜਿਹੜਾ ਆਇਆ ਤੇ ਕੋਵ ਬੁਲਾਦੀਮਿਰ ਪੁੱਤ ਨੂੰ ਹਰਉਣ ਵਾਸਤੇ ਉੱਥੋਂ ਦੀਆਂ ਵਿਰੋਧੀ ਤਰਾਨਿਆਂ ਤੇ ਜ਼ੋਰ ਕੀ ਲਾਉਣਾ ਸੀ ਉਹਨਾਂ ਤੇ ਇੱਕ ਸਟੇਜ ਤੇ ਜਾ ਕੇ ਬਾਈਕ ਕਾਰਟਿੰਗ ਕਰਤਾ ਵਿਦੇਸ਼ ਤੱਕ ਵੀ ਜ਼ੋਰ ਲੱਗਦਾ ਰਿਹਾ ਤੇ ਹਰ ਵਾਰ ਲੱਗਦਾ ਉਹ ਫਿਰ ਜਿੱਤ ਜਾਂਦਾ ਜਿਨ੍ਹਾਂ ਦੇ ਆਪਣੇ ਘਰ 'ਚ ਰਾਸ਼ਟਰਪਤੀ ਬਣਨ ਵਾਸਤੇ ਜਿੱਦਾਂ ਪਰਾਲੇ ਪੰਜਾੜੀ ਦੇ ਵਿੱਚ ਬਲਦੇ ਇੱਕ ਜੀਨ ਸਿੰਘ ਮਾਰਦੇ ਉਸ ਤਰ੍ਹਾਂ ਸਿੰਘ ਮਾਰੇ ਜਾ ਰਹੇ ਆ ਕੋ ਵੀ ਆ ਕੇ ਰੂਸ 'ਚ ਦਖਲ ਦਿੰਦੇ ਸੀ ਪਰ ਉਹਨਾਂ ਦੀ ਗੱਲ ਨਹੀਂ ਬਣ ਸਕੀ ਵਿਲਾਦੀਮੀਰ ਪੁਤਨ ਫਿਰ ਚੁਣਿਆ ਗਿਆ। ਚੁਣੇ ਜਾਣ ਤੋਂ ਬਾਅਦ ਜਿਹੜੀ ਉਹਨੇ ਇੰਟਰਵਿਊ ਦਿੱਤੀ ਪ੍ਰੈਸ ਨੂੰ ਉਹਦੇ ਵਿੱਚ ਸਵਾਲ ਯੂਕਰੇਨ ਦੀ جنگ ਦਾ ਵੀ ਉੱਠਿਆ। ਜਿਹਨੂੰ ਸਵਾ ਸਾਲ ਹੋਣ ਵਾਲਾ ਹੈ। ਇੰਨੀ ਲੰਮੀ جنگ ਚੱਲੀ ਹੈ ਅੱਜ ਤੱਕ ਚੱਲੀ ਜਾਂਦੀ ਹੈ। ਪੁੱਤ ਰੂਸ ਦੇ ਵੀ ਮਰਦੇ ਆ ਪੁੱਤ ਯੂਕਰੇਨ ਦੇ ਵੀ ਮਰਦੇ ਆ ਰੂਸੀ ਸਰਕਾਰ ਆਪ ਲੜਾਈ ਲੜਦੀ ਆ। ਯੂਕਰੇਨ ਦੇ ਨੌਜਵਾਨ ਮਰਦੇ ਆ ਪਿੱਛੇ ਨੀਤੀਆਂ ਜਿਹੜੀਆਂ ਨੇ ਉਹ ਯੂਕਰੇਨ ਦੀ ਸਰਕਾਰ ਨਹੀਂ ਬਣਾਉਂਦੀ। ਨਾਟੋ ਦੇਸ਼ਾਂ ਦੇ ਜਿਹੜੇ ਕੋ ਹਾਈ ਹੈਡਨ ਉਹ ਰਿ ਹਾਈ ਕਮਾਂਡ ਆ ਉਹ ਬਣਾਉਂਦੀ ਦੱਸੀ ਜਾਂਦੀ ਆ ਚਰਚਾ ਇੱਕ ਖਰਚਾ ਵੀ ਉਹ ਦਿੰਦੇ ਆ ਉਹ ਖਰਚਾ ਯੂਕਰੇਨ ਨੂੰ ਕਰਪਟ ਵੀ ਕਰ ਰਿਹਾ ਜਲਦੀ ਜੰਗ ਦੌਰਾਨ ਹੁਣ ਤੱਕ ਤਿੰਨ ਮੰਤਰੀ ਕੱਢੇ ਜਾ ਚੁੱਕੇ ਆ ਕ੍ਰਪਸ਼ਨ ਦੇ ਦੋਸ਼ 'ਤੇ ਇੱਕ ਫੌਜ ਦਾ ਕਮਾਂਡਰ ਕੱਢਿਆ ਜਾ ਚੁੱਕਾ ਇਸੇ ਮਾਮਲੇ 'ਚ ਜਦੋਂ ਬੁਲਾਦੀਮਿਰ ਪੁੱਤਰ ਨੂੰ ਪੁੱਛਿਆ ਗਿਆ ਕਿ ਕੀ ਹਾਲਾਤ ਆ ਕਹਿੰਦਾ ਤੁਸੀਂ ਯੂਕਰੇਨ ਦਾ ਕਿਉਂ ਪੁੱਛਦੇ ਪਿਓ ਸਾਰੀ ਦੁਨੀਆ ਐਸ ਵੇੜੇ ਇੱਕ ਤੀਸਰੀ ਸੰਸਾਰ ਜੰਗ ਵੱਲ ਵੱਧਦੀ ਪਈ ਆ ਹਲੇ 2 ਦਿਨ ਪਹਿਲਾਂ ਦੀ ਗੱਲ ਹੈ ਵਿਲਾਦੀ ਮੀਰ ਪੁੱਤਰ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੇ ਕੋਲ ਐਟਮਿਕ ਸ਼ਕਤੀ ਹੈ ਕੀ ਯੂਕਰੇਨ ਦੇ ਨਾਲ ਲੜਾਈ ਦੇ ਵਿੱਚ ਐਟਮਿਕ ਸ਼ਕਤੀ ਦੀ ਵਰਤੋਂ ਹੋ ਸਕਦੀ ਹੈ ਉਹਨੇ ਕਿਹਾ ਇਹੋ ਜੀ ਕਿਸੇ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜੇ ਸਾਡੇ ਦੇਸ਼ ਦੀ ਹੋਂਦ ਨੂੰ ਖਤਰਾ ਹੋਇਆ ਸਾਡੀ ਏਕਤਾ ਅਖੰਡਤਾ ਨੂੰ ਖਤਰਾ ਹੋਇਆ ਤੇ ਰੂਸ ਇਹੋ ਜੀ ਕੁਝ ਸੌ ਨਹੀਂ ਕਹਿੰਦਾ ਕਿ ਅਸੀਂ ਨਹੀਂ ਵਰਤਾਂਗੇ ਜੇ ਲੋੜ ਪਈ ਤੇ ਅਸੀਂ ਵਰਤ ਸਕਦੇ ਹਾਂ ਇਹਦੇ ਤੋਂ ਸਾਰੀ ਦੁਨੀਆ 'ਚ ਸੰਸਨੀ ਫੈਲ ਗਈ ਪਰ ਰੂਸ ਵਾਲਿਆਂ ਕੋਈ ਹੋਰ ਵੀ ਗੱਲ ਆਕੀ ਸੀ ਜਿਹੜੀ ਬਾਹਰ ਨਹੀਂ ਆਈ ਉਹ ਅਸੀਂ ਕਿ ਸਾਨੂੰ ਜਿਹੜੇ ਉਹਦੀਆਂ ਮੱਤਾਂ ਦਿੰਦੇ ਆ ਕਿ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹੀਰੋ ਸ਼ੀਮਾ ਤੇ ਡਾਗਾ ਸਾਖੀ ਦੀ ਸਭ ਤੋਂ ਪਹਿਲਾਂ ਵਰਤੋਂ ਉਹਨਾਂ ਨੇ ਕੀਤੀ ਸੀ ਤੇ ਅੱਜ ਤੱਕ ਸਿਰਫ ਉਹਨਾਂ ਨੇ ਕੀਤੀ ਆ। ਹੋਰ ਕਿਸੇ ਨੇ ਨਹੀਂ ਕੀਤੀ। ਜਿਹੜੇ ਸਾਨੂੰ ਸਲਾਮਾ ਦਿੰਦੇ ਆ ਪਹਿਲਾਂ ਆਪਣਾ ਘਰ ਸੰਭਣ ਫਿਰ ਸਾਡੇ ਬਾਰੇ ਗੱਲ ਕਰਿਆ ਕਰਨ। ਵਲਾਦੀਮੀਰ ਪੂਤਨ ਜਦੋਂ ਵੀ ਬੋਲਦਾ ਦੂਜਿਆਂ ਨੂੰ ਚੁੱਪ ਕਰਾ ਦਿੰਦਾ। ਕਸੋਵੋ ਦੀ ਲੜਾਈ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਆਖਿਆ ਸੀ। ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਲੜਦਾ ਕਿਉਂ ਆ ਕਸੋਵੋ ਦੇ ਅਤਵਾਦੀਆਂ ਨਾਲ ਗੱਲ ਕਰ ਲੈ। ਤੇ ਪੁੱਤਰ ਨੇ ਅਗਲੇ ਦਿਨ ਆਖਿਆ ਸੀ ਅਮਰੀਕਾ ਦਾ ਰਾਸ਼ਟਰਪਤੀ ਆਪਣੀ ਫੌਜ ਭੇਜ ਕੇ ਅਫਗਾਨਿਸਤਾਨ ਚ ਮਰਵਾਉਂਦਾ ਕਿਉਂ ਆ ਉਸਾਮਾ ਬਿਨ ਲਾਦਰ ਨੂੰ ਇੱਕ ਦਿਨ ਆਪਣੇ ਘਰ ਦੇ ਅੰਦਰ ਤੇ ਸੱਦ ਲਵੇ ਦੋਵੇਂ ਭਰਾ ਬੈਠ ਕੇ ਕਾਪੀ ਲੈਣ ਸਮਝੌਤਾ ਕਰ ਲੈਣ ਜਿਹੜੀ ਮਤ ਮੈਨੂੰ ਦਿੰਦਾ ਇਹ ਆਪਣੇ ਘਰ ਨਹੀਂ ਵਰਤ ਸਕਦਾ ਮੈਨੂੰ ਦੱਸਦਾ ਪਿਆ ਉਦੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਬੋਲਿਆ ਨਹੀਂ ਸੀ ਹੁਣ ਜੇ ਰੂਸ ਦੇ ਰਾਸ਼ਟਰਪਤੀ ਨੇ ਆਖਿਆ ਦੁਨੀਆ ਤੀਸਰੀ ਸੰਚਾਰ ਜੰਗ ਵੱਲ ਵੱਧ ਰਹੀ ਆ ਤੇ ਉਹਨੇ ਗਲਤ ਨਹੀਂ ਆਖਿਆ ਹਾਲਾਤ ਪੈਰੋ ਪੈਰੇ ਖੁਦ ਇਹ ਬਣਦੇ ਜਾ ਰਹੇ ਆ ਕਿ ਜੇ ਇਹਨਾਂ ਨੂੰ ਸੰਭਾਲਿਆ ਨਾ ਗਿਆ ਤੇ ਕਦੇ ਵੀ ਤੀਸਰੀ ਸੰਸਾਰ جنگ ਲੱਗ ਸਕਦੀ ਹੈ ਤੇ ਜੇ ਲੱਗ ਗਈ ਤੇ ਐਟਮਿਕ ਸ਼ਕਤੀ ਦੀ ਵਰਤੋਂ ਨੂੰ ਕਿਸੇ ਨੇ ਰੋਕ ਨਹੀਂ ਸਕਣਾ ਬਿਲਕੁਲ ਦੇਖਦੇ ਆਪਾਂ ਨੂੰ ਸਭ ਹਾਲਾਤ ਕਿਦਾਂ ਨੂੰ ਜਾਂਦੇ ਨੇ ਤੁਸੀਂ ਹਰ ਰੋਜ਼ ਦੀ ਤਰ੍ਹਾਂ ਜੁੜੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਐਸਐਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ